ਰਸਤੇ 'ਚ ਬੱਚੀ ਨੇ ਇੱਕ ਦਫ਼ਾ ਵੀ ਨਹੀਂ ਕਿਹਾ ਕਿ ਕਿੱਧਰ ਲੱਗ ਜਾ, ਉਹਨੂੰ ਪੁੱਛਿਆ ਮੈਂ ਜਿਹੜਾ ਉਹਨੂੰ ਕਿਹਾ ਮੈਂ ਆਪਾਂ ਜਿਹੜਾ ਰਾਹ ਭੁੱਲ ਗਏ ਹਾਂ ਠੀਕ ਹੈ, ਅਤੇ ਰਾਹ ਦਾ ਮੈਂ ਕਿਹਾ ਹਨੇਰਾ ਹੈਗਾ ਪਤਾ ਨਹੀਂ ਲੱਗਦਾ, ਪਤਾ ਆਪਾਂ ਮੈਂ ਕਿਹਾ ਇੱਧਰੋਂ ਚਲੇ ਜਾਂਦੇ ਛੇਤੀ ਚਲੇ ਜਾਵਾਂਗੇ, ਅਤੇ ਉਸ ਜਗ੍ਹਾ 'ਤੇ ਜਿਸ ਵੇਲੇ ਮੈਂ ਕਿਹਾ ਬਾਅਦ ਵਿੱਚ ਜਿੱਥੋਂ ਕੋਈ ਮਤਲਬ ਰੋਸ਼ਨੀ ਹੈਗੀ ਸੀ ਇਹਨਾਂ ਰਿਸੀਵਰ ਚੱਲਦਾ ਪਿਆ ਸੀ ਉਸ ਬੈਕਰੀ ਦਾ ਕੋਲ ਕਰਕੇ ਅਗਲੀ ਸਾਈਡ 'ਤੇ, ਅਤੇ ਹੁਣ ਮੈਂ ਬਾਬਾ ਦੂਰ ਦੱਸਿਆ ਮੈਂ ਕਿਹਾ ਉਹ ਸਾਹਮਣੇ ਜਿਹੜਾ ਨਾ ਉੱਥੇ ਮਤਲਬ ਹੈਗਾ ਉਹ ਆ ਗਿਆ ਆਪਾਂ ਕੋਲ ਆ ਗਏ ਹਾਂ ਜਿੱਥੇ ਜਾਣਾ, ਉਹ ਜਦੋਂ ਮੈਂ ਜਗ੍ਹਾ ਜਾ ਕੇ ਵੇਖੀ ਉੱਥੇ ਤਾਂ ਬੰਦਾ ਖੜਾ ਹੋਇਆ, ਮੈਂ ਹੁਣ ਵਾਪਸ ਦਾ ਗਿਆ ਤਾਂ ਫਿਰ ਉਹ ਜਦੋਂ ਵਾਪਸੀ ਦਾ ਗਿਆ ਫਿਰ ਨਹੀਂ ਹੁਣ ਬਸ।